2015 ਵਿੱਚ ਲਵਪ੍ਰੀਤ ਨਾਮ ਦੀ ਲੜਕੀ ਦਾ ਜੋ ਨਾਬਾਲਗ ਸੀ 16 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ। ਇਸ ਵੱਲੋਂ ਨਾਂਹ ਵੀ ਕੀਤੀ ਗਈ ਪਰ ਕੁਝ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਨੇ ਜ਼ਬਰਦਸਤੀ ਉਸਦਾ ਵਿਆਹ ਕਰਾ ਦਿੱਤਾ ਅਤੇ 9 ਸਾਲਾਂ ਤੋਂ ਬਾਅਦ ਇਹਨੂੰ ਇਨਸਾਫ਼ ਮਿਲਿਆ। 9 ਸਾਲਾਂ ਤੋਂ ਬਾਅਦ ਜਿਹੜਾ ਹੈਗਾ ਹੁਣ ਨਾਭਾ ਸਦਰ ਥਾਣੇ ਵਿੱਚ ਪਰਚਾ ਦਰਜ ਹੋਇਆ। ਲਵਪ੍ਰੀਤ ਨਾਲ ਗੱਲ ਕਰਦੇ, ਲਵਪ੍ਰੀਤ ਜੀ ਜਿਹੜਾ ਤੁਹਾਡਾ ਪਰਚਾ ਦਰਜ ਕਰਾਇਆ ਕੀ ਸੀ ਇਹ ਮਾਮਲਾ? ਮੇਰਾ ਜਿਹੜਾ ਪਰਚਾ ਦਰਜ ਹੋਇਆ ਇਸ ਵਿੱਚ ਮੇਰੇ ਫਾਦਰ, ਮੇਰੇ ਬ੍ਰਦਰ, ਤਾਇਆ ਦਾ ਬੇਟਾ ਗੁਰਸੇਵਕ ਸਿੰਘ ਅਤੇ ਮੇਰੀ ਭੂਆ ਕੁਲਵਿੰਦਰ ਕੌਰ, ਮੇਰਾ ਹਸਬੈਂਡ ਅਜੀਤ ਸਿੰਘ ਅਤੇ ਉਹਨਾਂ ਦੇ ਫਾਦਰ ਸਾਹਿਬ ਅਜੀਤ ਕੌਰ ਸਿੰਘ ਅਤੇ ਉਹਨਾਂ ਦੀ ਮਦਰ ਜਸਮੀਲ ਕੌਰ 'ਤੇ ਪਰਚਾ ਦਰਜ ਹੋਇਆ ਹੈ। ਤੁਹਾਡੀ ਉਸ ਸਮਾਂ ਜਿਹੜੀ ਹੈਗੀ ਆ 16 ਸਾਲ ਦੀ ਉਮਰ ਸੀ, ਕਿਹੜੀ ਕਲਾਸ 'ਚ ਪੜ੍ਹਦੇ ਸੀ ਉਸ ਟਾਈਮ? ਮੈਂ ਸਰ +1 ਦੇ ਵਿੱਚ ਸੀ ਉਸ ਟਾਈਮ। ਕੀ ਲੋੜ ਪੈ ਗਈ ਸੀ ਜਿਹੜੇ 16 ਸਾਲ ਦੀ ਉਮਰ ਵਿੱਚ ਤੁਹਾਡਾ ਵਿਆਹ ਕਰਨਾ ਪੈ ਗਿਆ? ਜਿਹੜਾ ਹੈਗਾ ਤੁਸੀਂ ਵਿਰੋਧ ਵੀ ਕਾਫੀ ਕੀਤਾ ਪਰ ਪਰਿਵਾਰਕ ਦੇ ਕੁਝ ਮੈਂਬਰ ਜਿਵੇਂ ਮਾਤਾ ਤੁਹਾਡੇ ਸਹਿਮਤ ਸੀ ਵੀ ਨਾ ਹੋਵੇ, ਅਤੇ ਹੋਰ ਜਿਹੜੇ ਹੈਗੇ ਵਿਰੋਧ ਕਰਦੇ ਸੀ ਕੌਣ ਕੌਣ ਸੀ? ਇਸ ਮੈਰਿਜ ਦਾ ਵਿਰੋਧ ਮੇਰੇ ਚਾਚਾ ਚਾਚੀ ਮੇਰੇ ਵੱਲੋਂ ਫੁੱਲ ਕੀਤਾ ਗਿਆ, ਬਟ ਕਹਿੰਦੇ ਮੇਰੇ ਤਾਇਆ ਜੀ ਦਾ ਬੇਟਾ ਅਤੇ ਮੇਰੀ ਭੂਆ ਨੇ ਇਸ ਗੱਲ ਦੀ ਅੜ ਲਾਈ ਰੱਖੀ ਕਿ ਇਹਦੀ ਮੈਰਿਜ ਕਰ ਦਿੱਤੀ ਜਾਵੇ ਤਾਂ ਜੋ ਜਿਹੜੀ ਜ਼ਮੀਨ ਦੇ ਹੱਕਦਾਰ ਉਹ ਖੁਦ ਬਣ ਸਕਣ, ਜਿਸ ਕਰਕੇ ਮੇਰੇ ਫਾਦਰ ਵੱਲੋਂ ਮੇਰੀ ਜਲਦ ਤੋਂ ਜਲਦ ਮੈਰਿਜ ਕਰ ਦਿੱਤੀ ਗਈ। ਜਿਹੜਾ ਹੈਗਾ ਤੁਹਾਡਾ ਪਤੀ ਸੀ, ਉਹਨੂੰ ਤਾਂ ਪਤਾ ਸੀ 16 ਸਾਲ ਦੀ, ਉਹਨਾਂ ਨੇ ਵੀ ਕੁਛ ਕਿਹਾ ਹੈਗਾ ਵੀ ਜਿਹੜਾ ਹੈ ਮੈਂ ਨਾਬਾਲਗ ਲੜਕੀ ਹੈ, ਮੈਂ ਨਾ ਵਿਆਹ ਕਰਾਂ? ਮੇਰੇ ਹਸਬੈਂਡ ਦੀ ਉਸ ਟਾਈਮ ਉਮਰ 32 ਸਾਲ ਸੀ ਅਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੀ ਏਜ 16 ਸਾਲ ਹੈ। ਮੇਰੇ ਚਾਚਾ ਚਾਚੀ ਨੇ ਉਹਨਾਂ ਤੱਕ ਬਹੁਤ ਪਹੁੰਚ ਕੀਤੀ ਅਤੇ ਉਹਨਾਂ ਨੂੰ ਮਿਲੇ ਵੀ ਨੇ ਉਹ ਇੱਕ ਵਾਰ, ਅਤੇ ਮੇਰੇ ਹਸਬੈਂਡ, ਮੇਰੀ ਮਦਰ ਇਨ ਲਾਅ ਔਰ ਮੇਰੇ ਫਾਦਰ ਇਨ ਲਾਅ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਵਿਆਹ ਨੂੰ ਕਰਨਾ ਚਾਹੁੰਦੇ ਹਾਂ। ਅਸੀਂ ਉਹਨਾਂ ਨੇ ਇਹ ਚੀਜ਼ ਤੋਂ ਮੇਰੇ ਚਾਚਾ ਚਾਚੀ ਨੂੰ ਮਨਾ ਕਰ ਦਿੱਤਾ ਵੀ ਅਸੀਂ ਇਸ ਦੇ ਬਾਰੇ ਕੁਛ ਨਹੀਂ ਕਰ ਸਕਦੇ, ਅਸੀਂ ਇਸ ਮੈਰਿਜ ਦੇ ਹੱਕ ਵਿੱਚ ਹਾਂ, ਅਸੀਂ ਇਸ ਲੜਕੀ ਨਾਲ ਮੈਰਿਜ ਕਰਨਾ ਚਾਹੁੰਦੇ ਹਾਂ। ਅਤੇ ਜਿਹੜਾ ਹੈਗਾ ਸਦਮੇ 'ਚ ਤੁਹਾਡੀ ਜਿਹੜੀ ਮਦਰ ਦੀ ਕਿਵੇਂ ਡੈਥ ਹੋਈ ਆ? ਮੇਰੀ ਮਦਰ ਇਸ ਮੈਰਿਜ ਦੇ ਖਿਲਾਫ ਸਨ, ਉਹਨਾਂ ਨੇ ਮੇਰੇ ਫਾਦਰ, ਮੇਰੇ ਬ੍ਰਦਰ ਅਤੇ ਮੇਰੀ ਭੂਆ ਜੀ ਨੂੰ ਬਹੁਤ ਰੋਕਿਆ ਵੀ ਕਹਿੰਦੇ ਲੜਕੀ ਦੀ ਏਜ ਘੱਟ ਹੈ, ਉਸਨੂੰ ਪੜ੍ਹ ਲੈਣ ਦਿੱਤਾ ਜਾਵੇ, ਬਟ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਅਤੇ ਇਸ ਸਦਮੇ ਨੂੰ ਮੇਰੀ ਮਾਤਾ ਜੀ ਨਾ ਝੱਲ ਸਕਣ, ਇੱਕ ਹਫ਼ਤਾ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ। ਤੁਹਾਡੀ ਜਿਹੜੀ ਹੈਗੀ +1 ਜਿਹੜੀ ਹੈਗੀ ਤੇ ਹੁਣ ਤੁਹਾਨੂੰ ਲਗਾਤਾਰ ਜਿਹੜੀ ਪੜ੍ਹਾਈ ਵੀ ਲਗਾਤਾਰ ਜਾਰੀ ਰੱਖਿਆ, ਹੁਣ ਤੁਸੀਂ ਕਿਹੜੀ ਕਲਾਸ 'ਚ? ਮੈਨੇ ਮੇਰੇ ਬੇਟੇ ਹੋਣ ਤੋਂ ਬਾਅਦ +2 ਕੰਪਲੀਟ ਕੀਤੀ, ਉਸ ਤੋਂ ਬਾਅਦ 'ਚ ਮੈਨੇ ਕੰਪਿਊਟਰ ਦੇ ਵਿੱਚ ITI ਕੀਤੀ ਹੈ, ਉਸ ਤੋਂ ਬਾਅਦ 'ਚ ਮੈਨੇ BA ਦੀ ਪ੍ਰਾਈਵੇਟ ਫੀਸ ਫਿਲ ਕੀਤੀ, ਜਿਸ ਵਿੱਚ ਮੈਂ ਥਰਡ ਈਅਰ ਵਿੱਚ ਪੜ੍ਹ ਰਹੀ ਹਾਂ। ਨਹੀਂ, ਥਰਡ ਈਅਰ ਦੇ ਵਿੱਚ 5th ਸਮੈਸਟਰ ਜੀ। ਤੁਹਾਡਾ ਬੇਟਾ ਹੁਣ ਕਿੰਨੇ ਸਾਲ ਦਾ? ਮੇਰਾ ਬੇਟਾ ਹੁਣ 8 ਸਾਲ ਦਾ ਹੈ। ਜਿਹੜੇ ਹੈਗੇ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ ਸਾਰੀ, ਜਿਵੇਂ ਤੁਹਾਡਾ ਫਾਦਰ ਹੋ ਗਿਆ, ਪਤੀ ਹੋ ਗਿਆ, ਚਾਚਾ ਜੀ ਦਾ ਲੜਕਾ ਗਾ ਅਤੇ ਹੋਰ ਕੁਝ ਬਾਕੀ ਰਹਿ ਗਏ ਨੇ, ਪੁਲਿਸ ਦਾ ਕਿਸ ਤਰ੍ਹਾਂ ਰਵੱਈਆ ਰਿਹਾ? ਪੁਲਿਸ ਦਾ ਰਵੱਈਆ ਬਹੁਤ ਵਧੀਆ ਰਿਹਾ, ਮਾਨਯੋਗ SHO ਸਰ ਨੇ ਬਹੁਤ ਵਧੀਆ ਸਪੋਰਟ ਕੀਤੀ ਅਤੇ ਸਰ ਮੇਰੇ ਕੇਸ ਵਿੱਚ ASI ਸਰ ਰਜਿੰਦਰ ਸਰ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਉਹਨਾਂ ਦੀ ਬਦੌਲਤ ਹੀ ਅੱਜ ਮੈਨੂੰ ਇਨਸਾਫ਼ ਮਿਲਿਆ ਹੈ। ਇਹ ਮੈਟਰ ਲੜਕੀ ਲਵਪ੍ਰੀਤ ਕੌਰ ਜਿਹਨੇ ਕਿ ਇੱਕ ਸਾਡੇ ਕੋਲ ਆਇਆ ਸੀਗਾ, ਹਾਈ ਕੋਰਟ ਨੇ ਰਿਟ ਪਾਈ ਸੀ, ਜਿਸਦੇ ਵਿੱਚ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਵੀ ਇਹਦਾ 2 ਮਹੀਨਿਆਂ ਦੇ ਵਿੱਚ ਇਹਦਾ ਟਾਈਮ ਬਾਉਂਡ ਸੀਗਾ ਵੀ 2 ਮਹੀਨਿਆਂ ਦੇ ਵਿੱਚ ਇਹਨੂੰ ਜਸਟਿਸ ਜਿਹੜੀ ਹੈ ਡਿਲੀਵਰ ਕੀਤੀ ਜਾਵੇ, ਜਿਸ ਤਰ੍ਹਾਂ ਅਸੀਂ ਪੜਤਾਲ ਕਰਕੇ ਜਿਹੜੀ ਇਹਦਾ 2016 ਦੇ ਵਿੱਚ ਇਹਦੀ ਮੈਰਿਜ ਹੋਈ ਸੀ, ਉਦੋਂ ਇਹਦੀ ਉਮਰ 16 ਸਾਲ ਸੀ ਅਤੇ 17 ਸਾਲ ਦੀ ਇਹਦੇ ਵਿੱਚ ਜਿਹੜੇ ਲੜਕਾ ਪੈਦਾ ਹੋਇਆ ਸੀ ਉਸ ਸੰਬੰਧੀ ਇਹਨੇ ਦਿੱਤਾ ਸੀ ਵੀ ਮੇਰਾ ਜਿਹੜਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਅੰਡਰੇਜ, ਜਿਸ 'ਤੇ ਅਸੀਂ ਮੁਕੱਦਮਾ ਨੰਬਰ 156/24 ਜਿਹੜਾ ਦਰਜ ਕੀਤਾ ਹੈ, IPC 376 ਅਤੇ ਚਾਈਲਡ ਜਿਹੜਾ ਮੈਰਿਜ ਪ੍ਰਵੈਂਸ਼ਨ ਐਕਟ ਹੈ 9-10 ਅਤੇ ਇੱਕ ਚਿਲਡਰਨ ਫਰੋਮ ਸੈਕਸ਼ੂਅਲ ਅਫੈਂਸਿਸ ਜਿਹੜਾ ਪੋਕਸੋ ਦਾ 6 ਜਿਹੜਾ ਐਕਟ ਉਹਤੇ ਲੱਗਿਆ। ਕੀ ਕਾਰਨ ਸੀ ਜ਼ਬਰਦਸਤੀ ਕੀਤੀ ਇਹਦੀ? ਜਿਹੜਾ ਹੁਣ ਪੜਤਾਲ ਤਫਤੀਸ਼ ਦੌਰਾਨ ਸਾਹਮਣੇ ਆਇਆ ਵੀ ਜਿਹੜੀ
ਇਹਨੇ ਵਿਰੋਧ ਕੀਤਾ, ਇਹਦੇ ਚਾਚਾ ਚਾਚੀ ਨੇ ਵੀ ਕੀਤਾ ਜਿੱਥੇ ਹੁਣ ਮੌਜੂਦਾ ਰਹਿ ਰਹੀ ਹੈ, ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ। ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਅਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਵੀ ਇਹਦੀ ਉਮਰ ਛੋਟੀ ਹੈ, ਅੰਡਰੇਜ ਹੋਣ ਕਰਕੇ। ਹੁਣ ਜਿਹੜੀ ਕਾਰਵਾਈ ਇਹਨਾਂ ਦੇ ਸਾਰਿਆਂ 'ਤੇ ਅਮਲ 'ਚ ਲਿਆਂਦੀ ਗਈ, ਉਹਨਾਂ 'ਤੇ ਪਰਚਾ ਦਰਜ ਕੀਤਾ ਗਿਆ। ਲਾਲਚ ਦਿੱਤਾ ਸੀ ਉਸ ਟਾਈਮ ਲੜਕੀ ਦੇ ਪਰਿਵਾਰ? ਨਹੀਂ, ਕੋਈ ਲਾਲਚ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਬਟ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ, ਤੁਹਾਨੂੰ ਨਹੀਂ, ਜਿਹੜਾ ਫਾਦਰ ਹੈ ਉਹ ਅਨਪੜ੍ਹ ਹੈ, ਥੋੜ੍ਹੀ ਐਜੂਕੇਸ਼ਨ ਦੀ ਲਿਟਰੇਸੀ ਦੀ ਘਾਟ ਕਰਕੇ ਇਹਨਾਂ ਦਾ ਜਿਹੜਾ ਉਹਨਾਂ ਨੇ ਧੱਕੇ ਨਾਲ ਉਦੋਂ ਵਿਆਹ ਕਰ ਦਿੱਤਾ ਸੀ। ਕਿਹਦੇ ਖਿਲਾਫ਼? ਇਹ ਜਿਹੜਾ ਮੁਕੱਦਮਾ ਦਰਜ ਹੋਇਆ, ਇੱਕ ਇਹਦੇ ਫਾਦਰ, ਇਹਦੀ ਮਦਰ ਦੀ ਡੈਥ ਹੋ ਗਈ, ਫਾਦਰ ਇਹਦੇ, ਇੱਕ ਇਹਦੇ ਤਾਏ ਦਾ ਬੇਟਾ ਗੁਰਸੇਵਕ ਸਿੰਘ, ਇੱਕ ਇਹਨਾਂ ਦੇ ਜਿਹੜੇ ਹੈਗੇ ਨੇ ਇਹਦਾ ਘਰ ਵਾਲਾ ਅਜੀਤ ਸਿੰਘ, ਇਹਦੇ ਸੱਸ ਸਹੁਰਾ ਕੌਰ ਸਿੰਘ ਸਨ ਆਫ ਅਮਰ ਸਿੰਘ ਅਤੇ ਜਸਮੇਲ ਕੌਰ ਵਾਈਫ ਆਫ ਕੌਰ ਸਿੰਘ। ਲੜਕੀ ਦੀ ਭੂਆ ਸਹੁਰਾ ਪਿੰਡ ਕਿਹੜਾ ਨੇ? ਕੁਲਵਿੰਦਰ ਕੌਰ। ਇਹ ਫਤਿਹਗੜ੍ਹ ਛੰਨਾ ਪਿੰਡ ਇਹਨਾਂ ਦਾ। ਜਿਹੜਾ ਲੜਕਾ ਇਹ ਕੀ ਕਰਦਾ ਸੀ? ਇਹ ਲੜਕਾ ਠੇਕੇ ਬੇਸ 'ਤੇ ਕੋਈ PRTC ਦੇ ਵਿੱਚ ਕੰਮ ਕਰਦਾ। ਜਿਵੇਂ ਲੜਕਾ, ਲੜਕੇ ਨੂੰ ਤਾਂ ਪਤਾ ਸੀ ਵੀ 16 ਸਾਲ ਉਮਰ, ਉਹਦੀ ਉਮਰ ਉਦੋਂ 28-29 ਸਾਲ। ਹਾਂ, ਲੜਕੇ ਦੀ ਉਮਰ ਉਦੋਂ 27-28 ਸਾਲ ਦੀ ਸੀ, ਇਹਨਾਂ ਨੂੰ ਪਤਾ ਸੀ, ਤਾਂ ਹੀ ਇਹ ਮੁਕੱਦਮਾ ਦਰਜ ਹੋਇਆ। ਇਹ DA ਸਾਹਿਬ ਦੀ ਅਸੀਂ ਜਿਹੜੀ ਇੱਥੋਂ ਲਿਖ ਕੇ ਭੇਜਿਆ ਸੀ। DA ਸਾਹਿਬ ਨੇ ਜੋ ਇਹਦੇ ਵਿੱਚ ਓਪੀਨੀਅਨ ਦਿੱਤੀ ਹੈ, ਜੋ ਉਹਨਾਂ ਨੇ ਰਾਏ ਦਿੱਤੀ ਹੈ, ਉਸ ਹਿਸਾਬ ਨਾਲ ਅਸੀਂ ਜਿਹੜੀ FIR ਲੌਂਚ ਕਰਾਈ ਹੈ। ਕਿੰਨੇ ਗ੍ਰਿਫਤਾਰ ਕੀਤੇ? ਕਿੰਨੇ ਨੂੰ ਜੇਲ੍ਹ? ਇਹਦੇ ਵਿੱਚ ਹੁਣ ਤੱਕ ਅਸੀਂ 3 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ, ਇੱਕ ਇਹਦਾ ਫਾਦਰ ਨੂੰ, ਇੱਕ ਇਹਦੇ ਤਾਏ ਦਾ ਬੇਟਾ, ਅਤੇ ਇੱਕ ਇਹਦਾ ਜਿਹੜਾ ਘਰ ਵਾਲਾ ਅਜੀਤ ਸਿੰਘ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨੇ ਅਰੈਸਟ ਪਾ ਦਿੱਤੀ ਹੈ। ਬਾਕੀ ਬਾਕੀਆਂ ਦੀ ਭਾਲ ਜਾ ਰਹੀ ਹੈ, ਬਾਕੀ ਅਸੀਂ ਜਲਦੀ ਫੜ ਲਵਾਂਗੇ।